ਜਿਨੀ ਨਾਮ ਧਿਆਇਆ ਗਏ ਸੰਗਤ ਕਾਲ ਨਾਨਕ ਤੇ ਮੁਖਰ ਜਲੇ ਗੇਟੀ ਸੁਕੀ ਨਾਲ ਜਿਨੀ ਨਾਮ ਧਿਆਇਆ ਗਏ ਸੰਗਤ ਕਾਲ ਨਾਨਕ ਤੇ ਮੁਖਰ ਜਲੇ ਗੇਟੀ ਸੁਕੀ ਨਾਲ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਮੁੱਖ ਰੱਖਦੇ ਹਾਂ ਪ੍ਰਭਾਤ ਫੇਰੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੰਮ੍ਰਿਤ ਵੇਲੇ ਸਮੂਹ ਸਿੱਖ ਸੰਗਤ ਪਹੁੰਚੀ ਹੈ। ਪਾਤਸ਼ਾਹ ਆਪ ਜੀ ਦਰ ਹਾਜ਼ਰੀਆਂ ਪ੍ਰਵਾਨ ਕਰਦੇ ਹੋਏ ਪ੍ਰਭਾਤ ਫੇਰੀ ਵਿੱਚ ਚੱਲਣ ਦੀ ਆਗਿਆ ਬਖਸ਼ੋ। ਅੰਗ ਸੰਗ ਸਹਾਈ ਹੋਣਾ ਪਾਤਸ਼ਾਹ ਜੀ ਕਿਰਪਾ ਕਰੋ। ਇਸ ਵੇਲੇ ਆਪ ਆਪਣੇ ਨਿੱਜੀ ਸਥਾਨਾਂ ਤੋਂ ਸਿੱਖ ਸੰਗਤਾਂ ਨੂੰ ਰਵਾਨਗੀ ਦੀ ਆਗਿਆ ਦਿਓ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਬੋਲੇ ਸੋ ਨਿਹਾਲ ਨਿਉਟਿਆਂ ਦੀ ਓਟ ਸਰਬ ਵਿਆਪਕ ਸੱਚੇ ਪਿਤਾ ਵਾਹਿਗੁਰੂ ਜੀ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ। ਆਪ ਜੀ ਦੇ ਆਗਮਨ ਪ੍ਰਭੂ ਨਾਰੀਆਂ ਬੇਅੰਤ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋ ਕੇ ਹਰੀ ਜਸ ਕੀਰਤਨ ਕਰ ਰਹੀਆਂ ਹਨ। ਸਤਿਗੁਰੂ ਜੀ ਇਸ ਵੇਲੇ ਸਰਬੱਤ ਸੰਗਤਾਂ ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ ਭਾਈ ਪਵਨ ਕੁਮਾਰ ਜੀ ਦੇ ਗ੍ਰਹਿ ਵਿਖੇ ਪਹੁੰਚੀਆਂ ਹਨ ਜੀ। ਸੇਵਕ ਪਰਿਵਾਰ ਆਪ ਜੀ ਦੇ ਦਰ ਤੇ ਅਰਦਾਸਾਂ ਬੇਨਤੀਆਂ ਕਰਵਾ ਰਹੇ ਹਨ। ਦਾਤਾਰ ਸਤਿਗੁਰੂ ਜੀ ਉਹ ਸੇਵਕਾਂ ਦੀਆਂ ਸ਼ੁਭ ਮਨੋ ਭਾਵਨਾਵਾਂ ਪੂਰਨ ਕਰਦੀਆਂ ਜੀ। ਦਰੋਂ ਕਰੋਂ ਚੜ੍ਹਦੀਆਂ ਕਲਾਂ ਦੀ ਦਾਤ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸਰਬੱਤ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਗਾਵਿਆ ਸੁਣਿਆ ਹਿਰਦਿਆ ਤੇ ਵਸਾਉਣਾ ਅਗਲੇ ਪੜਾਵਾਂ ਤੇ ਚੱਲਣ ਦੀ ਆਗਿਆ ਬਖਸ਼ੋ ਪਾਤਸ਼ਾਹ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਦਾ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ। ਵਾਹਿਗੁਰੂ
جو ہماری بدھوتی میرے ستگرا ساگد تمہار جانوں آپے ہم روتے پھرتے کوئی بات نہ پوچھتا گر ستگر سنگ کیرے ہم تھکے گر ستگر سنگ جو جان لے خصم کا نام کیسا دے بلہار جان جو جان لے
سهل سهج سن رمي كبير سهل سهج سن رمي كبير جو جاگتے قسم کا ترجمة
ਨਿਉਟਿਆਂ ਦੀ ਓਟ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ। ਧੰਨ ਸਤਿਗੁਰੂ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਧੰਨ 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 ਸਾਹਿਬ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਆਗਮਨ ਪੁਰਬ ਨੂੰ ਨਹਾਉਂਦੀਆਂ ਸੱਭੇ ਅੰਤ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਾਮਿਲ ਹੋ ਕੇ ਜਸ ਕੀਰਤਨ ਕਰ ਰਹੀਆਂ ਹਨ। ਸਤਿਗੁਰੂ ਜੀ ਇਸ ਵੇਲੇ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਜੀ। ਆਪ ਜੀ ਦੇ ਦਰ ਕਰਦੇ ਪ੍ਰੀਤਵਾਨ ਭਾਈ ਕੁਲਵਿੰਦਰ ਸਿੰਘ ਜੀ ਅਤੇ ਸਰਬੱਤ ਪਰਿਵਾਰ ਦੇ ਨਾਲ ਮਿਲ ਕੇ ਆਪਣੀ ਬੱਚੀ ਸੁਖਦੀਪ ਕੌਰ ਦੇ ਵਿਆਹ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੇ ਮੁਬਾਰਕ ਚੰਨ ਆਪਣੇ ਗ੍ਰਹਿ ਹਲਕੇ ਪਵਾ ਕੇ ਪਾਵਨ ਰੱਬੀ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਹਨ। ਦਤਾਰ ਸਤਿਗੁਰੂ ਜੀ ਉਹ ਗ੍ਰੰਥ ਗੁਰਬਾਣੀ ਸ਼ਬਦ ਕੀਰਤਨ ਹੋਏ ਹਨ ਜੀ। ਗੁਰਬਾਣੀ ਪੜ੍ਹਦਿਆਂ ਤੋਂ ਕੀਰਤਨ ਕਰਦਿਆਂ ਤੋਂ ਸੇਵਾ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਅੱਗੇ ਵਾਸਤੇ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਦੀ ਕੀਰਤਨ ਕਰਨ ਦੀ ਸੇਵਾ ਕਰਨ ਦੀ ਬਲਬੁੱਧੀ ਬਖਸ਼ਣੀ ਜੀ। ਜਿਨ੍ਹਾਂ ਸ਼ੁਭ ਭਾਵਨਾਵਾਂ ਨੂੰ ਲੈ ਕੇ ਸੇਵਕ ਪ੍ਰਵਾਹ ਨੇ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਕੀਰਤਨ ਕਰਵਾਏ ਸਤਿਗੁਰੂ ਜੀ ਆਪ ਜੀ ਦੇ ਚੰਨ ਕੌਰ ਪਵਾ ਕੇ ਅਰਦਾਸਾਂ ਬੇਨਤੀਆਂ ਕਰਵਾ ਰਹੇ ਹਨ। ਦਾਤਾਰ ਪਾਤਸ਼ਾਹ ਪਰਿਵਾਰ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਆਪ ਸਹਾਈ ਹੋਣਾ ਦਾਤਾਰ ਪਾਤਸ਼ਾਹ ਕਾਰਜ ਰਾਸ ਕਰਨੇ ਜੀ। ਪਰਿਵਾਰ ਦੇ ਸਿਰ ਤੇ ਮੇਲ ਪਰਿਆ ਹੱਥ ਰੱਖੋ ਪਾਤਸ਼ਾਹ ਜੀ ਉਹ ਰਹਿੰਦੇ ਕੱਲ ਆਪ ਸਵਾਲ ਨੇ ਸਤਿਗੁਰੂ ਜੀ।
ਦਾਤਾਰ ਪਾਤਸ਼ਾਹ ਬੇਅੰਤ ਪੀੜਾਵਾਂ ਹਾਜ਼ਰ ਹਨ ਆਪ ਜੀ ਕੀਤੀਆਂ ਸੇਵਾਵਾਂ ਥਾਏ ਪਾਓ ਗੁਰੂ ਘਰੋਂ ਚੜ੍ਹਦੀਆਂ ਕਲਾਮ ਦੀ ਦਾਤ ਬਖਸ਼ਿਓ ਜੀ ਸਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੀਆਂ ਪਾਤਸ਼ਾਹ ਜੀ ਨੂੰ ਸੁੰਦਰ ਸੋਹਣੇ ਹਵਾਲਾ ਸਾਹਿਬ ਭੇਟ ਕੀਤੇ ਗਏ ਹਨ ਦਾਤਾ ਜੀ ਅੰਗੀਕਾਰ ਕਰੋ ਸੇਵਕਾਂ ਦੇ ਪਰਜੇ ਲੋਕ ਪਲੋਕ ਕੱਢਣੇ ਦਾਤਾਰ ਪਾਤਸ਼ਾਹ ਜੀ ਖੁਸ਼ੀਆਂ ਬਖਸ਼ਿਸ਼ ਕਰੋ ਜੀ ਸਹੀ ਪਿਆਰੀ ਮੇਰਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਕਰਨੀ ਕਲਾ ਤੇ ਭਾਈ ਸਰਬ ਦਾ ਪ੍ਰਾਪ ਬੋਲੇ ਸੋ ਨਿਹਾਲ ਵਾਹਿਗੁਰੂ ਕੀ ਕਿਰਪਾ ਵਾਹਿਗੁਰੂ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਵਿਨਾਸੀ ਤਾਕੋ ਵਿਘਨ ਨ ਕੋ ਲਾਗੈ ਜੋ ਸਤਿਗੁਰ ਆਪਣੈ ਰਾਖੇ ਚਰਨ ਕਮਲ ਬਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਕੈ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ